ਸਿਮਨ ਸਭ ਨੇ ਦੇਖਿਆ ਹੀ ਹੋਇਆ ਮੈਨੂੰ ਇੰਟਰੋਡਕਸ਼ਨ ਦੇਣ ਦੀ ਤਾਂ ਲੋੜ ਹੈ ਨਹੀਂ ਪਰ ਮੈਂ ਇੰਡੀਆ ਆਈ ਹੋਈ ਸੀ ਫਿਰ ਤੋਂ ਪਿਛਲੇ ਸਾਲ ਤੋਂ ਬਾਅਦ ਅਤੇ ਮੈਂ ਅੱਜ ਨਿਊਜ਼ 'ਚ ਪੜ੍ਹਿਆ ਕਿ ਇਹਨਾਂ ਨੇ ਮੇਰੀ ਭਾਬੀ ਉਹਨੂੰ ਕੈਂਸਰ ਡਿਟੈਕਟ ਹੋਇਆ ਮੈਨੂੰ ਬਹੁਤ ਦੁੱਖ ਹੋਇਆ ਨਿਊਜ਼ ਪੜ੍ਹ ਕੇ ਚਾਹੇ ਕਿ ਮੈਂ ਉਹਦੇ ਕੋਲ ਨਹੀਂ ਜਾ ਸਕਦੀ ਪਰ ਸ਼ੀ ਇਜ਼ ਮਾਈ ਫੈਮਲੀ ਮੈਂ ਇਸ ਮੌਕੇ 'ਤੇ ਮੈਂ ਬੜੇ ਭਰੇ ਦਿਲ ਨਾਲ ਪੰਜਾਬ ਦੇ CM ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਅਤੇ ਇੰਡੀਆ ਦੇ PM ਸ਼੍ਰੀ ਨਰਿੰਦਰ ਮੋਦੀ ਜੀ ਨੂੰ ਇੱਕ ਰਿਕੁਐਸਟ ਕਰਨੀ ਚਾਹੁੰਦੀ ਹਾਂ ਹਿਊਮੈਨੀਟੇਰੀਅਨ ਬੇਸ 'ਤੇ ਵੀ ਅਤੇ ਮੇਰੇ ਭਰਾ ਦੇ ਮੋਰਲ ਕਰੈਕਟਰ ਨੂੰ ਵੀ ਦੇਖਦੇ ਹੋਏ ਜੋ ਹੁਣ ਉਹਦੇ ਸਰਕਮਸਟਾਂਸਿਸ ਹੈ ਕਿ ਉਹਦੀ ਵਾਈਫ ਅੰਡਰ ਸਰਜਰੀ ਹੈ ਪਰ ਉਹਦਾ ਹਸਬੈਂਡ ਹੈ ਨਹੀਂ ਉਹਦੇ ਕੋਲ ਅਤੇ ਉਹਦਾ ਹਸਬੈਂਡ ਜੇਲ੍ਹ 'ਚ ਹੈ ਉਹ ਆਪਣੀ ਵਾਈਫ ਨੂੰ ਦਾ ਹੱਥ ਨਹੀਂ ਫੜ ਸਕਦਾ ਆਪਣੀ ਵਾਈਫ ਨੂੰ ਦੇਖ ਨਹੀਂ ਸਕਦਾ ਇਹੋ ਜਿਹੇ ਟਾਈਮ ਵਿੱਚ ਅਤੇ ਉਹਦੇ ਦੋਨੋਂ ਬੱਚੇ ਬਾਹਰ ਇਕੱਲੇ ਹੈ ਜਵਾਨ ਬੱਚੇ ਪਰ ਉਹਨਾਂ ਨੂੰ ਕੋਈ ਸਪੋਰਟ ਦੇਣ ਵਾਲਾ ਨਹੀਂ ਹੈ ਮੈਂ ਭੱਜ ਕੇ ਉਹਨਾਂ ਕੋਲ ਜਾਵਾਂ ਮੈਂ ਉਹਨਾਂ ਨੂੰ ਜੱਫੀ ਪਾ ਕੇ ਆਪਣੀ ਭਾਬੀ ਕੋਲ ਵੀ ਜਾਵਾਂ ਪਰ ਤੁਹਾਨੂੰ ਸਭ ਨੂੰ ਪਤਾ ਹੈ ਇਹ ਨਹੀਂ ਹੋ ਸਕਦਾ ਪਰ ਮੇਰੀ ਪਲੀਜ਼ ਤੁਹਾਨੂੰ ਬੇਨਤੀ ਹੈ ਉਹਨੂੰ ਛੱਡ ਦਿਉ ਉਹਨੂੰ ਛੱਡ ਦਿਉ ਮੇਰੇ ਭਰਾ ਨੂੰ ਇਸ ਟਾਈਮ ਛੱਡ ਦਿਉ ਉਹਨੇ ਆਪਣੀ ਸਜ਼ਾ ਕੱਟ ਲਈ ਉਹਨੇ ਉਹਨਾਂ ਕਰੈਕਟਰ ਨੂੰ ਟਿਕਣ ਦਿੱਤਾ ਉਹ ਬੜਾ ਹੱਸਦੇ ਹੱਸਦੇ ਜੇਲ੍ਹ ਗਿਆ ਸੀ ਹਾਲੇ ਕਿ ਉਹ ਕਨਵਿਕਟਿਡ ਨਹੀਂ ਹੈ ਹਾਲੇ ਕਿ ਉਹਨੇ ਕਸੂਰ ਨਹੀਂ ਕੀਤਾ ਸਭ ਨੂੰ ਪਤਾ ਪਰ ਇੰਡੀਆ ਦਾ ਲਾਅ ਹੈ ਇੰਡੀਆ ਦੇ ਕਾਨੂੰਨ ਨੇ ਕਿਹਾ ਅਸੀਂ ਸਾਰੇ ਰਿਸਪੈਕਟ ਕਰਦੇ ਹਾਂ ਉਹ ਗਿਆ ਜੇਲ੍ਹ ਪਰ ਹੁਣ ਉਹ ਜੇਲ੍ਹ ਆਪਣੀ ਕੱਟ ਚੁੱਕਿਆ ਮੇਰੀ ਤੁਹਾਨੂੰ ਸਭ ਨੂੰ ਬੜੀ ਹੰਬਲੀ ਪਲੀਜ਼ ਇੱਕ ਭੈਣ ਦੀ ਇੱਕ ਏਜਡ ਸੀਨੀਅਰ ਭੈਣ ਦੀ ਮਾਂ ਵਰਗੀ ਭੈਣ ਦੀ ਇੰਨੀ ਕੁ ਰਿਕੁਐਸਟ ਸੁਣ ਲਓ ਪਲੀਜ਼ ਮੇਰੇ ਭਰਾ ਨੂੰ ਛੱਡ ਦਿਓ ਇਸ ਟਾਈਮ